ਦੀ ਅਗਵਾਈ ਵਿੱਚ ਮੋਗਾ ਜ਼ਿਲ੍ਹੇ ਨਾਲ ਸੰਬੰਧਿਤ ਮੁਲਾਜ਼ਮਾਂ ਨੇ ਤੀਜੇ ਦਿਨ ਵੀ ਕਲਮ ਛੱਡੋ ਹੜਤਾਲ ਜਾਰੀ ਰੱਖੀ। ਅੱਜ ਮੁਲਾਜ਼ਮਾਂ ਨੇ ਡੀਸੀ ਦਫ਼ਤਰ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਅਰਥੀ ਫੂਕ ਮੁਜ਼ਾਹਰਾ ਹੋਇਆ ਪੰਜਾਬ ਸਰਕਾਰ ਦਾ ਕੀਤਾ ਗਿਆ, ਜਿਹੜੇ ਸਾਡੀਆਂ ਮੰਗਾਂ ਮੰਨ ਕੇ ਅੱਜ ਦੇ ਲਾਗੂ ਨਹੀਂ ਕੀਤੀਆਂ। ਸਭ ਤੋਂ ਪਹਿਲੀ ਮੰਗ ਇਹ ਹੈ ਕਿ ਜਿਹੜੇ ਕਲਰਕਾਂ ਦੀ ਗ੍ਰੈਜੂਏਸ਼ਨ ਪਲੱਸ ਕੰਪਿਊਟਰ ਕੋਰਸ ਕੀਤਾ ਅਸੀਂ ਉਹ ਬੀ ਐਡ ਦਾ ਗ੍ਰੇਡ ਮੰਗਦੇ ਹਾਂ। ਨੰਬਰ ਦੋ, ਜਿਹੜੇ ਸਾਡੇ ਸੈਨੋਟਾਈਪਸ ਹੈ ਉਹਨਾਂ ਨੂੰ ਪ੍ਰਮੋਸ਼ਨ ਚੈਨਲ ਬਹੁਤ ਘੱਟ ਹੈ, ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾਵੇ। ਨੰਬਰ ਤਿੰਨ, ਟਾਈਪ ਟੈਸਟ ਜਿਹੜਾ ਉਹ ਇਹਨਾਂ ਨੇ ਲਾਗੂ ਕੀਤਾ। ਟਾਈਪ ਅੱਜ ਦੇ ਯੁੱਗ ਦੇ ਵਿੱਚ ਕਿਸੇ ਵੀ ਦਫ਼ਤਰ ਵਿੱਚ ਕੋਈ ਟਾਈਪ ਦੀ ਮਸ਼ੀਨ ਨਹੀਂ ਹੈ, ਅਸੀਂ ਇਹਨਾਂ ਨੂੰ ਕਹਿੰਦੇ ਉਹਨੂੰ ਕੰਪਿਊਟਰ ਕੋਰਸ ਕਰਾ ਕੇ ਉਹ ਟਾਈਪ ਟੈਸਟ ਬੰਦ ਕੀਤਾ ਜਾਵੇ। ਕਿੰਨਾ ਚਿਰ ਤੋਂ ਅਸੀਂ ਮਤਲਬ ਆਪਣੀਆਂ ਸਰਕਾਰ ਮੋਹਰੇ ਮੰਗਾਂ ਰੱਖੀਆਂ ਨੇ ਪਰ ਉਹਦਾ ਹੁਣ ਤੱਕ ਸਾਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ, ਉਹਦੇ ਕਰਕੇ ਸਾਨੂੰ ਅੱਜ ਦਾ ਦਿਨ ਜੋ ਰੋਸ ਮੁਜ਼ਾਹਰੇ ਕਰਨੇ ਪੈ ਰਹੇ ਆ, ਹੜਤਾਲਾਂ ਕਰਨੀਆਂ ਪੈ ਰਹੀਆਂ। ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਸਾਨੂੰ ਜਿਹੜਾ 43 ਮਹੀਨਿਆਂ ਤੋਂ ਜਿਹੜਾ ਬਕਾਇਆ ਸਾਡਾ ਬਣਦਾ, ਜਦਕਿ ਹੋਰ ਸਰਕਾਰਾਂ ਨੇ ਦੇ ਤਾਂ ਸਾਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਸਾਡੇ ਹੱਕ ਜਿਹੜੇ ਹੈਗੇ ਸਾਨੂੰ ਦਿੱਤੇ ਜਾਣੇ ਚਾਹੀਦੇ ਨੇ।